ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਖਵਾਜਾ ਕੋਠੀ ਦੇ ਨਜ਼ਦੀਕ ਇੱਕ ਖਾਲੀ ਪਲਾਟ ਚੋਂ 266 ਗ੍ਰਾਮ ਹਿਰਨ ਸਮੇਤ 7 ਆਰੋਪੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਹਿਰਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਬ 1.5 ਕਰੋੜ ਰੁਪਏ ਦੇ ਆਸ ਪਾਸ ਦੱਸੀ ਜਾ ਰਹੀ ਹੈ। ਪ੍ਰੈਸ ਵਾਰਤਾ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਿਸ ਦੇ ਆਧਾਰ ਤੇ ਉਹਨਾਂ ਨੇ ਖਵਾਜਾ ਕੋਠੀ ਦੇ ਨਜ਼ਦੀਕ ਨਸ਼ੇ ਦਾ ਸੇਵਨ ਕਰ ਰਹੇ 7 ਨੌਜਵਾਨਾਂ ਨੂੰ ਕਾਬੂ ਕਰ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕਬਜ਼ੇ 'ਚੋਂ 266 ਗ੍ਰਾਮ ਹਿਰਨ ਬਰਾਮਦ ਹੋਈ। ਪੁਲਿਸ ਦੇ ਮੁਤਾਬਕ ਫੜੇ ਗਏ ਆਰੋਪੀ ਸ਼ਹਿਰ 'ਚ ਲੁਕ ਛਿਪ ਕੇ ਨਸ਼ੇ ਦੀ ਤਸਕਰੀ ਕਰਦੇ ਸਨ ਅਤੇ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ, ਜਿਨ੍ਹਾਂ ਤੋਂ ਹੁਣ ਅੱਗੇ ਦੀ ਪੁੱਛਤਾਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਿਰਨ ਕਿੱਥੋਂ ਲਿਆਉਂਦੇ ਸਨ ਅਤੇ ਕਿਹੜੇ ਕਿਹੜੇ ਲੋਕਾਂ ਨੂੰ ਸਪਲਾਈ ਕਰਦੇ ਸਨ। ਜਾਂਚ ਦੌਰਾਨ ਆਰੋਪੀਆਂ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ। ਅੱਜ ਇੱਕ ਜਿਹੜੀ ਸ਼ਹਿਰ ਦੇ ਵਿੱਚ ਲੁਕ ਛੁਪ ਕੇ ਛੋਟੇ ਛੋਟੇ ਬਿੱਟਾਂ ਦੇ ਵਿੱਚ ਪੀਣ ਵਾਲੇ ਅਤੇ ਬਿੱਟਾਂ ਦੇ ਵਿੱਚ ਅੱਗੇ ਵੇਚਣ ਵਾਲੇ 7 ਮੈਂਬਰੀ ਗਰੋਹ ਸੀ ਜਿਹੜਾ ਨਸ਼ੇ ਨੂੰ ਵੇਚਦਾ ਵੀ ਹੈ ਔਰ ਆਪ ਵੀ ਸੇਵਨ ਕਰਦਾ ਸੀ। ਉਹਦੇ ਪਿੱਛੇ ਕਾਫੀ ਟਾਈਮ ਤੋਂ ਲੱਗੇ ਹੋਏ ਸੀਗੇ ACP ਸਰਦਾਰ ਵਰਿਆਮ ਸਿੰਘ ਅਤੇ SHO ਸਤੀਸ਼ ਕੁਮਾਰ, ਡਿਵੀਜ਼ਨ ਨੰਬਰ 3 ਦੇ SHO ਸੀਗੇ, ਜਿਹੜੇ ਬਹੁਤ ਯੋਜਨਾਬੱਧ ਜਦੋਂ ਨਾਕੇ ਲੱਗਣ ਲੱਗ ਗਏ ਤਾਂ ਇਹਨਾਂ ਨੇ ਹੋਰ ਆਪਣੀ ਐਕਟੀਵਿਟੀ ਨੂੰ ਕੰਸੀਲ ਕਰਦੇ ਹੋਏ ਹਨੇਰੇ ਸਵੇਰੇ ਆਪਣਾ ਕੰਮ ਸ਼ੁਰੂ ਕਰਤਾ, ਪਰ ਪੁਲਿਸ ਨੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਤੋਂ ਬਰਾਮਦਗੀ ਕੀਤੀ, ਫੜੇ ਔਰ 2 ਪਰਚੇ ਰਜਿਸਟਰ ਕੀਤੇ ਨੇ, 1-6-1 ਅਤੇ 1 ਕੇਸ ਰਜਿਸਟਰ ਹੋਇਆ ਔਰ 1 ਜਿਹੜਾ 13 ਗ੍ਰਾਮ ਆ ਉਹ ਇਕੱਲੇ ਆਪਣਾ ਜਿਹੜਾ ਮੋਨੂ ਆ ਹਰਵਿੰਦਰ ਮੋਨੂ 13 ਗ੍ਰਾਮ ਦਾ ਉਹਦੇ 'ਤੇ ਹੋਇਆ। ਇਹਨਾਂ ਦਾ ਜਿਹੜਾ ਮੇਨ ਪੰਡਿਤ ਨਾਂ ਦਾ ਮੁੰਡਾ ਪਵਨ ਕੁਮਾਰ ਉਹ ਇਹਨਾਂ ਦਾ ਗੈਂਗ ਲੀਡਰ ਹੈ, ਉੱਥੋਂ ਸਟਾਰਟ ਹੁੰਦਾ। ਉਹ ਕਿੱਥੋਂ ਲੈ ਕੇ ਆਉਂਦਾ ਉਹ ਅਸੀਂ ਹੁਣ ਸਾਰਾ ਅੱਗੇ ਕਰ ਰਹੇ ਹਾਂ ਵੀ ਫਾਰਵਰਡ ਅਤੇ ਜੋ ਇਹਦੇ ਬੈਕਵਰਡ ਲਿੰਕ ਹੈਗੇ ਨੇ ਉਹ ਸਾਰੇ ਟਰੇਸ ਕਰਕੇ ਉਹਨਾਂ ਦੇ ਵੀ ਕਰ ਰਹੀ। ਸਰ ਸਾਰੇ ਕਿੱਥੋਂ ਰਹਿਣ ਵਾਲੇ ਕਿੰਨੀ ਦੇਰ ਤੋਂ ਕੰਮ ਕਰ ਰਹੇ? ਇਹ ਇਹਨਾਂ ਨੂੰ ਹੋ ਗਏ 1.5-2 ਸਾਲ ਹੋ ਗਏ। ਜਿਹੜਾ ਆਪਣਾ ਪਵਨ ਕੁਮਾਰ ਆ ਇਹਦੇ 'ਤੇ ਵੀ ਪਹਿਲਾਂ ਪਰਚਾ ਹੈਗਾ ਔਰ ਜਿਹੜਾ ਤੁਹਾਡਾ ਮੋਨੂ ਆ ਇਹਦੇ 'ਤੇ ਵੀ ਪਹਿਲਾਂ ਕੇਸ ਰਜਿਸਟਰ ਹੋਇਆ। ਆਦੀ ਨੇ ਹੁਣ ਆਦੀ ਹੋ ਗਏ, 1.5 ਸਾਲ ਹੋ ਗਿਆ ਇਹਨਾਂ ਨੂੰ ਕਰਦਿਆਂ ਨੂੰ। ਟੋਟਲ ਕਿੰਨੇ ਜਣੇ ਨੇ, ਕੀ ਕੀ ਨਾਮ ਹੈ ਜੀ? ਇਹ ਟੋਟਲ 6 ਇੱਕ ਮੁਕੱਦਮੇ 'ਚ ਨੇ, ਜਿਹੜਾ 'ਚ ਹੈਗਾ ਪਵਨ ਪੰਡਿਤ ਜਿਹੜਾ ਇਹਨਾਂ ਦਾ ਬੌਸ ਹੈ, ਫਿਰ ਰੋਬਿਨ, ਫਿਰ ਮਨੀ, ਬੌਬੀ ਅਤੇ 1 ਬੌਬੀ 2, 2 ਬੌਬੀ ਨੇ ਇਹ, ਅਤੇ ਜਿਹੜਾ ਸੈਕਿੰਡ ਮੁਕੱਦਮਾ ਉਹ ਹਰਵਿੰਦਰ ਉਰਫ ਮੋਨੂ ਉਹਦੇ 'ਤੇ ਰਜਿਸਟਰ ਹੋਇਆ, ਉਹਦੇ 13 ਗ੍ਰਾਮ ਮਿਲੀ ਆ। ਜਿਹੜਾ 6 ਨੇ ਟੋਟਲ 203 ਗ੍ਰਾਮ ਰਿਕਵਰ। ਫਿਲਹਾਲ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।